ਇਹ ਵੀਡੀਓਜ਼ ਪਟਿਆਲਾ ਚੰਡੀਗੜ੍ਹ ਮੇਨ ਹਾਈਵੇ ਤੇ ਬਨੂੜ ਕੋਲ ਸਥਿਤ ਚਿਤਕਾਰਾ ਯੂਨੀਵਰਸਿਟੀ ਦੀਆਂ ਨੇ, ਜਿੱਥੇ ਕਿ ਵਿਦਿਆਰਥੀਆਂ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਹੈ ਤੇ ਵਿਦਿਆਰਥੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਯੂਨੀਵਰਸਿਟੀ ਦੇ ਹੋਸਟਲ ਵਿੱਚ ਰੇਪ ਤੇ ਕਿਸੇ ਲੜਕੀ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਮੁੱਦੇ ਤੇ ਚੱਲਦਿਆਂ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਹੀ ਮਾਮਲੇ ਸੰਬੰਧੀ ਜਦੋਂ ਯੂਨੀਵਰਸਿਟੀ ਦੇ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੋਇਆ। ਉਹਨਾਂ ਦੱਸਿਆ ਕਿ ਕੁਝ ਕੁ ਬੱਚਿਆਂ ਵੱਲੋਂ ਪ੍ਰੈਂਕ ਕਾਲ ਕੀਤੀ ਗਈ ਸੀ। ਕਾਲ ਇਹ ਆਈ ਹੈ ਕਿ ਕਿਸੇ ਰੂਮ ਨੰਬਰ 120 ਮੇਂ ਰੇਪ ਹੋਇਆ ਹੈ। मेरे को कॉल आया था, मैंने कहा कोई बात नहीं, हम इन्वेस्टिगेट करते हैं। मैंने अपने कर्नल साहब को बताया जो यहाँ रहते हैं। तभी 9:45 के आसपास, 9:45 के आसपास पुलिस आ गई। कर्नल साहब ने सब पुलिस को, हमने उसको कमरा दिखाया, जो जो उन्हें इन्वेस्टिगेट करना था सारा कर लिया और उनको कुछ नहीं वहाँ पर मिला। ਉੱਥੇ ਹੀ ਦੂਜੇ ਪਾਸੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਪ੍ਰਸ਼ਾਸਨ ਤੋਂ ਇਹ ਜਵਾਬ ਮੰਗੇ ਕਿ ਜੇਕਰ ਇਹ ਸਿਰਫ ਇੱਕ ਪ੍ਰੈਂਕ ਕਾਲ ਹੀ ਸੀ ਤਾਂ ਉਸ ਰਾਤ ਐਂਬੂਲੈਂਸ ਨੂੰ ਹੋਸਟਲ ਵਿੱਚ ਕਿਉਂ ਬੁਲਾਇਆ ਗਿਆ ਤੇ ਨਾਲ ਲੇਡੀ ਪੁਲਿਸ ਕਾਂਸਟੇਬਲ ਕਿਉਂ ਸੀ। ਜੋ ਪੁਲਿਸ ਕੀ ਗਾੜੀ ਆਈ ਥੀ ਵੋ 10:30-11 ਵਜੇ ਕੇ ਆਸ ਪਾਸ ਆਈ ਥੀ, ਜਬਕਿ ਪੁਲਿਸ ਕੀ ਗਾੜੀ 9:30 ਵਜੇ ਆਈ ਥੀ। ਔਰ ਬੱਚੋਂ ਪਾਸ ਰਿਕਾਰਡਿੰਗ ਹੈ, ਦੋ ਪੁਲਿਸ ਕੀ ਗਾੜੀ ਥੀ, ਫੀਮੇਲ ਗਾਰਡ ਸੀ, ਐਂਬੂਲੈਂਸ ਵੀ ਥੀ। ਅਗਰ ਸੀਨ ਵਾਸਕੋ ਹੋਸਟਲ ਮੇਂ ਹੁਆ ਲੜਕੇ ਕੇ ਸਾਥ, ਅਗਰ ਪ੍ਰੈਂਕ ਕਾਲ ਲੜਕੇ ਨੇ ਕੀ ਹੈ ਤੋ ਪੁਲਿਸ ਲੜਕੀਓ ਕੇ ਹੋਸਟਲ ਕਿਉਂ ਗਈ। ਇਸ ਮੌਕੇ ਤੇ ਸਟੂਡੈਂਟਸ ਕਾਫੀ ਭੜਕੇ ਹੋਏ ਨਜ਼ਰ ਆ ਰਹੇ ਸੀ। ਇਸ ਮੌਕੇ ਤੇ ਵਿਦਿਆਰਥੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੁਝ ਹੋਰ ਨਵੀਆਂ ਗੱਲਾਂ ਦਾ ਖੁਲਾਸਾ ਵੀ ਕੀਤਾ। ਲੜਕੀ ਕੇ ਰੂਮ ਸੇ ਬਲੱਡ ਮਿਲਾ ਹੈ, ਲੜਕੀ ਕੇ ਰੂਮ ਸੇ ਬਲੱਡ ਮਿਲਾ ਹੈ, ਲੜਕੀ ਕੇ ਰੂਮ ਸੇ ਮਿਲਾ। ਚੁੱਪ ਚੁੱਪ ਸਾਰੇ ਚੁੱਪ। ਜੋ ਪ੍ਰੈਂਕ ਕਾਲ ਵਾਲੀ ਬਾਤ ਹੈ ਵੋ ਪ੍ਰੈਂਕ ਕਾਲ ਵਾਲੀ ਬਾਤ ਸਹੀ ਹੈ, ਪ੍ਰੈਂਕ ਕਾਲ ਹੋਈ ਥੀ, ਲੇਕਿਨ ਜਬ ਵੋ ਬੰਦਾ ਵਾਪਿਸ ਆਇਆ ਹਮਾਰੇ ਪਾਸ ਸਾਰੀ ਵੋ ਉਨਸੇ ਡਾਇਰੈਕਟਰ ਵੈਕਟਰ ਸੇ ਬਾਤ ਕਰਕੇ ਤੋ ਉਸ ਬੰਦੇ ਨੇ ਹਮੇਂ ਯਹੀ ਬੋਲਾ ਹੈ ਕਿ ਮੇਰੇ ਸੇ ਜਬ ਸਾਈਨ ਕਰਾਇਆ ਗਿਆ ਨਾ ਤੋ ਉਨ੍ਹਾਂ ਨੇ ਯਹ ਬੋਲਾ ਕਿ ਸਾਰਾ ਇਲਜ਼ਾਮ ਤੋ ਉਸ ਟਾਈਮ ਪੇ ਆਪਣੇ ਉੱਪਰ ਲੈ ਲੇ। ਇਲਜ਼ਾਮ ਨਹੀਂ ਮਤਲਬ ਕਿ ਵੋ ਪ੍ਰੈਂਕ ਕਾਲ ਪੇ ਬਾਤ ਹੈ ਕਿ ਇਸ ਵਜ੍ਹਾ ਸੇ ਬਲੱਡ ਕਿਉਂ ਮਿਲਾ, ਇਸ ਵਜ੍ਹਾ ਸੇ ਜੋ ਪੁਲਿਸ ਵਗੈਰਾ ਆਈ ਥੀ ਸਾਰੀ ਬਾਤ ਹਮ ਪੇ ਲੈ ਲੇ ਹਮ ਪੇ ਨਹੀਂ ਮਤਲਬ ਯਹ ਬਾਤ ਥੀ ਕਿ ਪੁਲਿਸ ਵਗੈਰਾ ਇੱਕ ਮਿੰਟ ਬੋਲਨੇ ਦੇ ਭਾਈ ਜੋ ਪੁਲਿਸ ਵਗੈਰਾ ਥੀ ਵੋ ਸਾਰੀ ਆਈ ਥੀ ਉਸਕਾ ਰੀਜ਼ਨ ਹਮੇਂ ਦੇਣਾ ਪੜੇਗਾ, ਅਕਾਊਂਟ ਦੇਣਾ ਪੜੇਗਾ ਕਿ ਵੋ ਕਿਉਂ ਆਈ ਥੀ ਤੋ ਵੋ ਬਾਤ ਤੂੰ ਆਪਣੇ ਉੱਪਰ ਲੈ ਲੇ ਕਿ ਵੋ ਤੇਰੇ ਉਸਕੇ ਉੱਪਰ ਆਈ ਥੀ। ਠੀਕ ਹੈ, ਵੋ ਉਸਮੇ ਚਿਤਕਾਰ ਕਾ ਕੋਈ ਵੋ ਨਹੀਂ ਹੈ। ਔਰ ਉਸਨੇ ਵੀ ਯਹੀ ਬੋਲਾ ਥਾ ਕਿ ਮੁਝੇ ਵੀ ਕੁਛ ਲੱਗ ਰਿਹਾ ਹੈ ਕਿ ਕੁਛ ਔਰ ਬਾਤ ਥੀ ਜਿਸਕੋ ਉਨ੍ਹਾਂ ਨੇ ਦਬਾਇਆ, ਦਬਾ ਕੇ ਫਿਰ ਯਹ ਕਰਾ, ਦਬਾ ਕੇ ਇਸਕੋ ਅੰਦਰ ਕਰਾ। ਹੁਣ ਤੁਹਾਨੂੰ ਦਿਖਾਉਂਦੇ ਹਾਂ ਉਹ ਵੀਡੀਓਜ਼ ਤੇ ਫੋਟੋਜ਼ ਜੋ ਕਿ ਸੋਸ਼ਲ ਮੀਡੀਆ ਤੇ ਅੱਗ ਵਾਂਗ ਵਾਇਰਲ ਹੋ ਰਹੀਆਂ ਨੇ। ਰਮਾਲ ਪਿਆ, ਰਮਾਲ ਪਿਆ, ਚਾਬੀ ਪਈ, ਚਾਬੀ ਪਈ ਹੈ ਕਮਰੇ ਦੀ। ਯੂਨੀਵਰਸਿਟੀ ਦੇ ਪ੍ਰਸ਼ਾਸਨ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਇਹ ਸਿਰਫ ਇੱਕ ਪ੍ਰੈਂਕ ਕਾਲ ਹੀ ਸੀ ਤੇ ਯੂਨੀਵਰਸਿਟੀ ਵਿੱਚ ਅਜਿਹੀ ਕੋਈ ਵੀ ਘਟਨਾ ਨਹੀਂ ਹੋਈ ਹੈ। ਪਰ ਇਹ ਵੀਡੀਓਜ਼ ਤੇ ਫੋਟੋਜ਼ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਉਹਨਾਂ ਵਿੱਚ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪ੍ਰੈਂਕ ਕਾਲ ਦੇ ਮਾਮਲੇ ਵਿੱਚ ਦੂਸਰੀ ਹੋਈ ਘਟਨਾ ਨੂੰ ਲੁਕੋਇਆ ਜਾ ਰਿਹਾ ਹੈ। ਬਿਊਰੋ ਰਿਪੋਰਟ, ਰੰਗਲਾ ਟੀਵੀ।